ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਪੰਜਵਾੜ ਦੇ ਮੇਲੇ ਵਿੱਚ ਪਕੌੜਿਆਂ ਦੀ ਵੰਡ ਨੂੰ ਲੈ ਕੇ ਮਾਮੂਲੀ ਝਗੜਾ ਹੋਇਆ ਜਿਸ ਤੋਂ ਬਾਅਦ ਪਿੰਡ 'ਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁਖਤਿਆਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਮੇਲੇ 'ਚ ਪਕੌੜਿਆਂ ਦੀ ਵੰਡ ਨੂੰ ਲੈ ਕੇ ਕੁਝ ਲੋਕਾਂ ਦੀ ਲੜਾਈ ਹੋ ਰਹੀ ਸੀ ਤਾਂ ਅਸੀਂ ਉਸ ਲੜਾਈ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਅਸੀਂ ਆਪਣੇ ਘਰ ਵਾਪਸ ਆ ਗਏ। ਪਰੰਤੂ ਕੁਝ ਸਮੇਂ ਬਾਅਦ ਸਾਡੇ ਪਿੰਡ ਦੇ ਹੀ ਕੁਝ ਨੌਜਵਾਨ ਬਾਹਰੋਂ ਤਕਰੀਬਨ 100 ਤੋਂ 150 ਦੇ ਕਰੀਬ ਅਣਪਛਾਤੇ ਨੌਜਵਾਨਾਂ ਨੂੰ ਬੁਲਾ ਕੇ ਸਾਡੇ ਘਰ 'ਚ ਪਏ ਸਮਾਨ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਜੋ ਵੀ ਕੀਮਤੀ ਸਮਾਨ ਸੀ ਉਹ ਨਾਲ ਚੁੱਕ ਕੇ ਲੈ ਗਏ। ਇਸ ਤੋਂ ਬਾਅਦ ਇਹਨਾਂ ਸਾਰੇ ਨੌਜਵਾਨਾਂ ਨੇ ਪਿੰਡ 'ਚ ਹੋਰ 4-5 ਘਰਾਂ ਦੀ ਭੰਨਤੋੜ ਕੀਤੀ ਅਤੇ ਪਿੰਡ ਦੇ ਇੱਕ ਘਰ 'ਚ ਘੁੜੁੱਕੇ ਨੂੰ ਅੱਗ ਵੀ ਲਾ ਦਿੱਤੀ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਪੁਲਿਸ ਥਾਣਾ ਝਬਾਲ ਦੇ SHO ਕੇਵਲ ਸਿੰਘ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਦੋਵਾਂ ਪਾਰਟੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਇਹ ਭਾਜੀ ਮੁੰਡੇ ਅਬਰ ਖਿਲਾਫ ਅਸੀਂ ਚਾਹ ਦਾ ਲੰਗਰ ਲਾਇਆ ਬਾਬੇ ਦੇ ਜੀ, ਉਹ ਆ ਗਏ ਉਹਨਾਂ ਮਜ਼ਾਕ ਕਰਦੇ ਟਿਚਰਾਂ ਮੁੰਡੇ ਦੇ ਨਾਲ, ਉਹਦੇ ਨਾਲ ਲੜਾਈ ਹੋ ਗਈ, ਉੱਥੇ ਉਹਨੇ ਮੁੰਡੇ ਨੂੰ ਪੈ ਗਏ 20 ਜਣੇ, ਸਾਨੂੰ ਤਾਂ ਉੱਦਾਂ ਹੀ ਨਾਲ ਰੱਖ ਲਿਆ ਛਡਾਵਿਆਂ ਦੇ ਵਿੱਚ, ਇਹਨਾਂ ਛਡਾਵਿਆਂ ਦੇ ਵਿੱਚ ਕਰਕੇ ਆ ਗਏ 25,000, 100-200 ਬੰਦਾ ਆਇਆ ਤੇ ਆਹ ਹਾਲ ਕਰਤਾ ਸਾਡੇ ਘਰ ਦਾ। ਕੌਣ 900 ਨੌਜਵਾਨ ਸੀ ਜਿਨ੍ਹਾਂ ਨੇ ਤੋੜਫੋੜ ਕੀਤੀ ਆ? ਇਹ ਭਾਜੀ ਇੱਧਰੋਂ ਮੁਹੱਲੇ ਤੋਂ ਮੁੰਡੇ ਹੈਗੇ ਆ, 5-4 ਮੁੰਡੇ, ਉਹਨਾਂ 5-4 ਮੁੰਡਿਆਂ ਨੇ ਕੀਤਾ, ਬਾਕੀ ਦੇ ਮੁੰਡੇ ਉਹਨਾਂ ਇੱਦਾਂ ਸੱਦ ਕੇ ਮੁੰਡਿਆਂ ਨੇ ਮੁੰਡੇ ਗਾਂਹ ਦੀ ਗਾਂਹ ਸੱਦ ਸੱਦ ਕੇ ਇੱਦਾਂ ਗਾਂਹ ਦੀ ਗਾਂਹ ਨੁਕਸਾਨ ਕਰਾਤਾ। ਕਿੰਨੇ ਕੁ ਨੌਜਵਾਨ ਸੀ ਜਿਨ੍ਹਾਂ ਨੇ ਤੁਹਾਡੇ ਘਰ ਦੀ ਟੋਟਲ ਭੰਨਤੋੜ ਕੀਤੀ ਆ? ਭਾਜੀ 100-150 ਬੰਦਾ ਹੈਗਾ ਜੀ, ਬਹੁਤ ਜ਼ਿਆਦਾ ਬੰਦਾ ਸੀ, ਗਾੜੀ ਬਾਹਰ ਨਹੀਂ ਚੱਲਣ ਵਾਲੀ ਗੱਲ, ਤਾਂ ਹੀ ਪਛਾਣ ਗਿਆ ਆਪ ਆਪਣੀ ਜਾਨ ਮਹਾਂ ਬਚਾਈ ਕਰੋ ਭੱਜ ਕੇ। ਕਿੰਨੇ ਕੁ ਵਜੇ ਦੀ ਇਹ ਘਟਨਾ? ਇਹ ਭਾਜੀ ਰਾਤ 9 ਵਜੇ ਦੀ ਘਟਨਾ ਬੀਤੀ ਰਾਤ। ਹਾਂਜੀ ਰਾਤ ਵੀ। ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਜਾਂ ਪੁਲਿਸ ਅਧਿਕਾਰੀ ਦਾ ਮੌਕਾ ਦੇਖਣਾ ਆਏ ਤੁਹਾਡੇ? ਨਾ ਜੀ, ਉਸ ਟਾਈਮ ਕੋਈ ਨਹੀਂ, ਸੁਬਾਹ ਇਹ ਦਿਨੇ ਤੜਕੇ ਆਏ ਜਦੋਂ ਦਰਖਾਸਤ ਦਿੱਤੀ ਪੁਲਿਸ ਨੂੰ, ਉਹ ਵੀ ਸੱਦਿਆ ਫੋਨ ਕਰਕੇ ਦੀ। ਕੀ ਮੰਗ ਕਰਦੇ ਜੀ? ਮੰਗ ਇਨਸਾਫ ਦੀ ਕਰਦੇ ਹਾਂ ਭਾਜੀ, ਸੱਚ ਦੀ ਕਰਦੇ ਹਾਂ ਵੀਰ ਜੀ। ਫਰਿੱਜਾਂ, ਪੱਖੇ ਪੁੱਖੇ, ਸਾਰੇ ਮੰਜੇ ਮੁੰਜੇ, ਸਾਰੇ LCDਆਂ, ਜੋ ਸਮਾਨ ਟੋਟਲੀ ਸਾਡਾ ਸਾਰਾ ਤੋੜ ਦਿੱਤਾ। ਕਿੰਨਾ ਵੱਲੋਂ ਤੋੜਿਆ ਗਿਆ ਇਹ? ਲਾਗੇ ਬੰਨੇ ਦੇ ਪਿਛਲੇ ਵਿਹੜੇ ਦੇ ਹੀ ਕਹਿੰਦੇ। ਕਿੰਨੇ ਕੁ ਨੌਜਵਾਨ ਸੀਗੇ? 150 ਜਾਣਾ ਸੀ। 100-150 ਜਾਣਾ? ਹਾਂਜੀ 100-150। ਤੇ ਘਰ ਦੇ ਵਿੱਚੋਂ ਕੋਈ ਸਮਾਨ ਵਗੈਰਾ ਵੀ ਚੱਕ ਕੇ ਖੜਿਆ? ਹਾਂਜੀ, ਮੇਰੇ ਟੌਪਸ ਖੜੇ, 2 ਛਾਪਾਂ ਖੜੀਆਂ, ਬੱਚਿਆਂ ਦੇ ਕੜੇ ਖੜੇ। ਹੋਰ ਇਸ ਤੋਂ ਇਲਾਵਾ? ਪੈਸਾ ਵੀ 9,000 ਰੁਪਇਆ ਖੜਿਆ ਟਰੰਕ ਦੇ ਵਿੱਚੋਂ ਕੱਢ ਕੇ। ਕੀ ਮੰਗ ਕਰਦੇ? ਕੀ ਮੰਗ ਕਰਦੇ ਜੀ? ਸਾਫ ਮੰਗਦੇ। ਕੋਈ ਅਧਿਕਾਰੀ ਜਿਹੜਾ ਪੁਲਿਸ ਮੁਲਾਜ਼ਮ ਜਾਂ ਕੋਈ ਮੌਕਾ ਦੇਖਣ ਆਏ ਸੀ? ਨਹੀਂ ਵੀਰ ਜੀ, ਕੋਈ ਨਹੀਂ ਜੋ ਹੈ। ਦਰਖਾਸਤ ਦਿੱਤੀ ਤੁਸੀਂ? ਹਾਂਜੀ ਦਿੱਤੀ ਦਰਖਾਸਤ, ਸਵੇਰੇ ਆਏ ਹੀ ਮੌਕਾ ਵੇਖ ਕੇ ਫਿਰ ਚਲੇ ਗਏ। ਕਿੱਥੇ ਦਿੱਤੀ ਦਰਖਾਸਤ? ਚਬਾਲ ਸਾਰੀ। ਕੋਈ ਸਾਡੀ ਗੱਲਬਾਤ ਨਹੀਂ ਹੋ ਰਹੀ, ਐਵੇਂ ਜਾਣ ਕੇ ਆਉਣ ਤਾਂ ਪੈ। ਕੌਣ ਉਹ ਨੌਜਵਾਨ ਸੀ ਜਿਨ੍ਹਾਂ ਨੇ ਭੰਨਤੋੜ ਕੀਤੀ ਆ? ਉਹ ਇੱਧਰ ਵਿਹੜੇ ਦੇ ਹੈਗਾ ਜੀ, ਪਰ 100-150 ਹੈਗਾ ਬੰਦਾ। ਕਿੰਨਾ ਕੁ ਤੁਹਾਡੇ ਘਰ ਦਾ ਜਿਹੜਾ ਨੁਕਸਾਨ ਕੀਤਾ ਗਿਆ? ਬਹੁਤ ਜ਼ਿਆਦਾ, ਇੱਕ ਸਾਰਾ ਜੀ ਕੋਈ ਛੱਡਿਆ ਨਹੀਂ ਕੱਖ ਨਹੀਂ। ਕੀ ਜਿਹੜਾ ਸਮਾਨ ਤੁਹਾਡੇ ਘਰ ਦਾ ਘਰੋਂ ਜਿਹੜਾ ਗਾਇਬ ਹੋਇਆ? ਫਰਿੱਜਾਂ ਫਰੁੱਜਾਂ ਸੀ, ਮੰਜੇ ਮੁੰਜੇ ਸੀ, ਸਾਰੇ ਬਹੁਤ ਸਮਾਨ ਸਮੂਨ ਗਿਆ ਸੀ ਅਤੇ ਸਾਰਾ ਹੀ, ਅਤੇ ਗਹਿਣਾ ਗੱਡਾ, ਕਣਕ ਵੀ ਲੈ ਗਏ, ਪੈਸਾ ਧੇਲਾ ਵੀ ਕੱਢ ਕੁੜ ਕੇ ਲੈ ਗਏ। ਕੀ ਮੰਗ ਕਰਦੇ ਜੀ ਪੰਜਾਬ ਦੇ ਮੁੱਖ ਮੰਤਰੀ ਕੋਲੋਂ? ਇਹ ਕੁਛ ਦਿਨ ਪਹਿਲਾਂ ਨਾ 5 ਮਿੰਟ 'ਚ ਮੇਲਾ ਸੀ, ਉੱਥੇ ਮੁੰਡਿਆਂ ਮਾੜੇ ਆਪਸੀ ਤੋਤੂਮਾਮੇ ਹੋਏ, ਮਹੂਦੀ ਬੁੱਧਵਾਰਾਂ ਨੇ ਹਟਾ ਦਿੱਤਾ। ਕੱਲ੍ਹ ਫਿਰ ਇਹਨਾਂ ਦਾ ਝਗੜਾ ਆਇਆ, ਇਹਨਾਂ ਨੇ ਇੱਕ ਪਾਰਟੀ ਦੇ ਬੰਦਿਆਂ ਨੇ 3 ਘਰਾਂ 'ਚ ਵੜ ਕੇ ਉਹਨਾਂ ਦੀ ਭੰਨਤੋੜ ਕੀਤੀ। ਉਸ ਤੋਂ ਬਾਅਦ ਅਸੀਂ ਗਏ, ਅਸੀਂ ਜਾ ਕੇ ਉਹਦਾ ਲੜਕੀ ਦਾ ਬਿਆਨ ਲਿਖਿਆ, ਬਿਆਨ ਲਿਖ ਕੇ ਅਤੇ ਮੁਕਦਮਾ ਦਰਜ ਕੀਤਾ। ਰਾਤ ਨੂੰ ਦੂਜੀ ਪਾਰਟੀ ਨੇ ਉਹਨਾਂ ਦੇ ਘਰ ਦੂਜੀ ਪਾਰਟੀ ਘਰ ਵੜ ਕੇ ਉਹਨਾਂ ਦੀ ਭੰਨਤੋੜ ਕੀਤੀ, ਉਹਨਾਂ ਦਾ ਵੀ ਬਿਆਨ ਲਿਖ ਕੇ ਮੁਕਦਮਾ ਦਰਜ ਕੀਤਾ ਗਿਆ। ਸਰ ਕੀ ਕਾਰਵਾਈ ਕੀਤੀ ਜਾ ਰਹੀ ਦੋਨੋਂ ਪਾਰਟੀ? ਦੋਨਾਂ ਪਾਰਟੀਆਂ ਨੇ ਮੁਕਦਮਾ ਦਰਜ ਕਰ ਲਿਆ, ਹੁਣ ਸਾਰੇ ਦੋਸ਼ੀ ਘਰਾਂ ਤੋਂ ਭੱਜੇ ਆ, ਛੇਤੀ ਤੋਂ ਛੇਤੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾ ਰਿਹਾ। ਆਪਸੀ ਨੁਕਸਾਨ ਕਰ ਲਿਆ।